ਮੋੜ ਵਿਵਾਦਾਂ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਲੈ ਕੇ ਵਿਵਾਦ ਹੋਇਆ ਗੀਤ ਦੇ ਵਿੱਚ ਦੋ ਮੁਰਗਿਆਂ ਨੂੰ ਦਿਖਾਇਆ ਗਿਆ ਜਿਨ੍ਹਾਂ ਦੀ ਲੜਾਈ ਕਰਵਾਈ ਜਾ ਰਹੀ ਹੈ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਨੋਟਿਸ ਭੇਜਿਆ ਕਿ ਸਿੱਧੂ ਮੂਸੇਵਾਲਾ ਜੀ ਆਖਿਰਕਾਰ ਤੁਸੀਂ ਕਿਉਂ ਦੋ ਮੁਰਗਿਆਂ ਦੀ ਲੜਾਈ ਕਰਵਾ ਰਹੇ ਹੋ ਇਹ ਕਾਰਨ ਦੱਸੋ ਨੋਟਿਸ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਮੂਸੇਵਾਲਾ ਪਿੰਡ ਹੈ ਜ਼ਿਲ੍ਹਾ ਮਾਨਸਾ ਦੇ ਵਿੱਚ ਛੋਟੀ ਉਮਰ ਦੇ ਵਿੱਚ ਇਹ ਸਿੰਗਰ ਨੇ ਵੱਡੀਆਂ ਜਿਹੜੀਆਂ ਮੱਲਾਂ ਮਾਰੀਆਂ ਪਰ ਵਿਵਾਦਾਂ ਦੇ ਵਿੱਚ ਕਰਨਾ ਵੀ ਮੁਨਾਸਿਬ ਹੈ ਕਿਉਂਕਿ ਹਰ ਦੋ ਮਹੀਨਿਆਂ ਬਾਅਦ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨਾਲ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ ਕਦੇ ਹਥਿਆਰਾਂ ਨੂੰ ਲੈ ਕੇ ਕਦੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਨੂੰ ਲੈ ਕੇ ਅਤੇ ਕਦੇ ਮੁਰਗਿਆਂ ਨੂੰ ਲੈ ਕੇ ਹਮੇਸ਼ਾ ਹੀ ਆਪਣੇ ਗਾਣਿਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹੇ ਨੇ ਪਰ ਹੁਣ ਇੱਕ ਹੋਰ ਉਹਨਾਂ ਦੇ ਗਾਣੇ ਤੇ ਵਿਵਾਦ ਖੜਾ ਹੋ ਗਿਆ ਦਰਅਸਲ ਨਵਾਂ ਗਾਣਾ ਉਹਨਾਂ ਦਾ ਆਇਆ ਸੀ ਗੁਲਾਬ ਸਿੰਘ ਦੇ ਨਾਲ ਬਾਈ ਬਾਈ ਜਿਹਦੇ ਵਿੱਚ ਕੁੱਕੜਾਂ ਦੀ ਫਾਈਟ ਦਿਖਾਈ ਗਈ ਸੀ ਜਿਸ ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਸਾਡੇ ਨਾਲ ਸ਼ਿਕਾਇਤਕਰਤਾ ਨੇ ਡਾਕਟਰ ਪੰਡਿਤ ਰਾਓ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਕਿਉਂ ਇਹ ਸ਼ਿਕਾਇਤ ਕੀਤੀ ਗਈ ਸੀ ਤੇ ਕੀ ਕੁਝ ਕਿਹਾ ਹੈ ਬੋਰਡ ਨੇ ਜੀ ਸਿੱਧੂ ਮੂਸੇਵਾਲ ਨੇ ਬਾਈ ਬਾਈ ਗਾਣੇ ਦੇ ਵਿੱਚ ਕੁੱਕੜ ਦੀ ਫਾਈਟ ਜੋ ਗੈਰ ਕਾਨੂੰਨੀ ਹੈ ਐਨੀਮਲ ਕਰੁਐਲਟੀ ਐਕਟ 1960 ਐਕਟ ਦੇ ਮੁਤਾਬਿਕ ਇਸ ਲਈ ਮੈਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਨੋਟਿਸ ਕੱਢਿਆ ਹੈ ਜਿਸਦੇ ਸਾਫ਼ ਸਾਫ਼ ਲਿਖਿਆ ਹੈ ਕਿ 7 ਦਿਨ ਦੇ ਵਿੱਚ ਤੁਸੀਂ ਜਵਾਬ ਦਿਓ ਤੇ ਜੇਕਰ ਜਵਾਬ ਨਹੀਂ ਦਿਓਗੇ ਕ੍ਰਿਮੀਨਲ ਕੇਸ ਚਲੇਗੀ ਜ਼ਰੂਰ ਚਲੇਗੀ ਕਿਉਂਕਿ 1960 ਦੀ ਜਿਹੜੀ ਕਾਨੂੰਨ ਹੈ ਐਕਟ ਹੈ ਇਸ ਦੇ ਤਹਿਤ ਬਿਨਾਂ ਇਜਾਜ਼ਤ ਕੋਈ ਵੀ ਪ੍ਰਾਣੀ ਪਕਸ਼ੀ ਦੀ ਗਲਤ ਵਰਤੋਂ ਨਹੀਂ ਕਰ ਸਕਦੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਡਿਊਸਰ ਆਨਲਾਈਨ ਪ੍ਰਮੋਟਰ ਵੀਡੀਓਗ੍ਰਾਫਰ ਸਿੰਗਰ ਦੇ ਖਿਲਾਫ਼ ਕਾਰਵਾਈ ਹੋਏਗੀ ਇਸ ਦੇ ਨਾਲ ਹੀ ਤੁਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਆਰਡਰਸ ਦਾ ਵੀ ਹਵਾਲਾ ਦਿੱਤਾ ਹੈ ਇਹਦੇ ਵਿੱਚ ਤੁਸੀਂ ਇਹ ਵੀ ਕਿਹਾ ਕਿ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਦੇ ਡੀਜੀਪੀ ਦੀ ਬਣਦੀ ਹੈ ਕਿ ਕਾਰਵਾਈ ਕੀਤੀ ਜਾਵੇ ਬਿਲਕੁਲ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ 22/7/2019 ਨੂੰ ਇੱਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਬੰਦੂਕ ਵਾਲਾ ਗਾਣਾ ਨਾ ਹੋਵੇ ਫਿਰ ਵੀ ਇਸ ਗਾਣੇ ਦੇ ਵਿੱਚ ਬਾਈ ਬਾਈ ਗਾਣੇ ਦੇ ਵਿੱਚ ਬੰਦੂਕ ਦੀ ਵਰਤੋਂ ਕੀਤੇ ਨੇ ਇਸ ਤੋਂ ਇਲਾਵਾ ਕੁੱਕੜ ਦੀ ਲੜਾਈ ਦਿਖਾਏ ਨੇ ਡੀਜੀਪੀ ਪੰਜਾਬ ਦੀ ਇਹ ਫਰਜ਼ ਸੀਗਾ ਕਿ ਰੋਕਣ ਦੀ ਇਸ ਤੋਂ ਬਾਵਜੂਦ ਇਹ ਗਾਣਾ ਹਰ ਥਾਂ ਤੇ ਚੱਲਦਾ ਪਿਆ ਮੈਨੂੰ ਲੱਗਦਾ ਹੈ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਆਪਣਾ ਕੰਮ ਕਰੇਗੀ ਦੁਨੀਆਂ ਨੂੰ ਪਤਾ ਚੱਲੇਗੀ ਕਿ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਪ੍ਰਾਣੀ ਪਕਸ਼ੀਆਂ ਦਾ ਰੱਖਿਆ ਕਰਨ ਲਈ ਹੈਗਾ ਤੇ 7 ਦਿਨਾਂ ਦੇ ਵਿੱਚ ਰਿਟਨ ਐਕਸਪਲੇਨੇਸ਼ਨ ਮੰਗੀ ਗਈ ਹੈ ਕੈਮਰਾਮੈਨ ਅਸ਼ਵਨੀ ਮਨਹਾਸ ਦੇ ਨਾਲ ਲਿਤਿਕਾ ਮਹੇਸ਼ ਬਰੀਸੀ ਮੀਡੀਆ ਚੰਡੀਗੜ੍ਹ